नवा साल ताडे लई बहुत सारिया खुशियां लैके आवे, ताडे परिवार लई तंदुरुस्तियां लैके आवे। कईयां नूं कम मिल जाणा, कईयां ने बेचारे टिफिन चक के उदां ही घर नूं तुर पैणा। वधाईआं नवें साल दीआं। ਕੰਡ ਖੋਲ ਕੇ ਮੜਾਇਆ, ਉਹ ਖੋਲ ਉਹ ਖੋਲ ਸਾਡਾ ਸਿਲੰਡਰ ਵੀ ਮੁੱਕ ਗਿਆ, ਇਹਨੂੰ ਰਿਜ਼ਰਵ ਤੇ ਲਾਇਆ ਹੁਣ ਠੇਡਾ ਕੀਤਾ ਹੈ। ਮੁੱਕਿਆ ਸਿਲੰਡਰ, ਗੱਡੀ ਵਾਲੀ ਵੀ ਛੇਤੀ ਆ ਗਈ ਅੱਧੇ ਘੰਟੇ ਤੇ। ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀ ਭਰਿਆ ਹੋਵੇ, ਤੰਦਰੁਸਤੀਆਂ ਰਹਿਣ। ਇਹ ਫਿੱਟ ਨਹੀਂ ਆ ਰਿਹਾ ਇੱਥੇ ਹੁਣ, ਹੁਣ ਸਾਨੂੰ ਇਹਨੇ ਬਦਲਣਾ ਪੈਣਾ। ਹੁਣ ਮੈਂ ਬੰਨਿਆ ਕਰਨੇ ਸ਼ੁਰੂ ਕਰਦੇ ਹਾਂ। ਗੁਰੂ ਮਹਾਰਾਜ ਆਪਣੇ ਚਰਨਾਂ ਨਾਲ ਜੁੜੇ, ਪਸ਼ੂ ਬੈਠੇ ਆ ਕਿ ਨਹੀਂ, ਇਹਨਾਂ ਨੂੰ ਕੋਈ ਤਕਲੀਫ ਤਾਂ ਨਹੀਂ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ? ਠੀਕ ਠਾਕ ਹੋ? ਨਵਾਂ ਸਾਲ ਤੁਹਾਡੇ ਨੂੰ, ਨਵਾਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ, ਤੁਹਾਡੇ ਪਰਿਵਾਰ ਲਈ ਤੰਦਰੁਸਤੀਆਂ ਲੈ ਕੇ ਆਵੇ। ਹੱਸਦੇ ਵੱਸਦੇ ਰਹੋ, ਜਿਉਂਦੇ ਵੱਸਦੇ ਰਹੋ। ਅਤੇ ਅੱਜ ਦੇ ਦਿਨ ਦੀ ਸ਼ੁਰੂਆਤ, ਆਪਾਂ ਸਵੇਰੇ ਉੱਠੇ ਸੀ, ਗੁਰੂ ਘਰ ਮੱਥਾ ਟੇਕਣ ਜਾਣਾ ਸੀ ਪਹਿਲਾਂ, ਪਰ ਮਨਜੋਤ ਦੀ ਗੱਡੀ ਸਕੂਲ ਦੀ ਬੱਸ ਨਿਕਲ ਚੁੱਕੀ ਸੀ, ਅਤੇ ਫਿਰ ਤਾਂ ਕਰਕੇ ਹੁਣ ਮੈਂ ਉਹਨੂੰ ਕਬੂਤਰੇ ਸਕੂਲ ਛੱਡਣਾ ਹੈ, ਅਤੇ ਫਿਰ ਆਂਟੀ ਹੁਣਾਂ ਨੇ ਉਹਦੇ ਲਈ ਥੋੜ੍ਹੇ ਦਸਤਾਨੇ ਲੈਣੇ ਸੀ, ਉਹ ਆਂਟੀ ਹੁਣੀ ਬਾਜ਼ਾਰ 'ਚ ਦਸਤਾਨੇ ਲੈਣ ਚਲੇ ਗਏ। ਪ੍ਰਵਾਸੀ ਇੱਥੇ ਇੰਨੇ ਆ ਚੁੱਕੇ ਨੇ ਕਿ ਆਪਣੇ ਬੰਦਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਦੇਖੋ ਅੱਜ ਲੇਬਰ ਖੜੀ ਆ ਵਿਚਾਰੇ ਕੰਮ 'ਤੇ ਜਾਣ ਲਈ, ਅਤੇ ਸਾਰੇ ਵਿਚਾਰੇ ਖੜੇ ਆ ਵਿੱਚ, ਪ੍ਰਵਾਸੀ ਵੀ ਹੈਗੇ ਥੋੜ੍ਹੇ ਜਿਹੇ, ਪਰ ਪੰਜਾਬੀ ਬਹੁਤੀ ਗਿਣਤੀ ਦੇ ਵਿੱਚ ਆ ਵਿਚਾਰੇ ਇੱਥੇ ਖੜੇ ਹੋਏ। ਕਈਆਂ ਨੂੰ ਕੰਮ ਮਿਲ ਜਾਣਾ, ਕਈਆਂ ਨੇ ਵਿਚਾਰਿਆਂ ਟਿਫਨ ਚੱਕ ਕੇ ਉੱਦਾਂ ਹੀ ਘਰ ਨੂੰ ਤੁਰ ਪੈਣਾ ਸ਼ਾਮ ਨੂੰ, ਹੈ ਨਾ ਜੀ? ਵਧਾਈਆਂ ਨਵੇਂ ਸਾਲ ਦੀਆਂ। ਓਏ ਕੰਡ ਖੋਲ ਕੇ ਮੜਾਇਆ, ਉਹ ਖੋਲ ਕੇ ਲੈ ਪਛਾਣ ਟਲਿਆ। ਏ ਕੋਈ ਨੀ, ਦੱਸ ਦਿੰਦੇ ਤੈਨੂੰ, ਇਹ ਆਹ ਮੁੰਡੇ ਦਾ ਪਾਪਾ, ਆਹ ਚੱਕ ਪਛਾਣ ਲਓ। ਸਾਡਾ ਸਿਲੰਡਰ ਵੀ ਮੁੱਕ ਗਿਆ, ਇਹਨੂੰ ਰਿਜ਼ਰਵ 'ਤੇ ਲਾਇਆ ਹੁਣ ਠੇਡਾ ਕੀਤਾ ਆ, ਫਿਰ ਮਾੜਾ ਜਿਹਾ ਤਾਂ ਚਾਹ ਚੂਹ ਮੜੀ ਗਰਮ ਕਰਨੀ, ਹੁਣ ਮਾੜਾ ਜਿਹਾ ਚੱਲਿਆ ਵਾ, ਰਿਜ਼ਰਵ 'ਤੇ ਕੀਤਾ। ਲੈ ਜੀ, ਮੁੱਕਿਆ ਸਿਲੰਡਰ, ਗੱਡੀ ਵਾਲੀ ਵੀ ਛੇਤੀ ਆ ਗਈ ਅੱਧੇ ਘੰਟੇ ਦੇ ਵਿੱਚ। ਚੱਕੋ ਮਿੱਤਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ, ਤੰਦਰੁਸਤੀਆਂ ਰਹਿਣ, ਮੇਰ ਪ੍ਰਯਾਤ ਰੱਖੇ ਬਾਬਾ ਜੀ, ਚੜ੍ਹਦੀ ਕਲਾ 'ਚ ਹੋਵੇ, ਵਾਹਿਗੁਰੂ। ਪੁਰਾਣਾ ਰੈਗੂਲੇਟਰ ਸੈਟਰ ਹੋ ਚੁੱਕਾ ਹੈ ਖਰਾਬ, ਇਹ ਫਿੱਟ ਨਹੀਂ ਆ ਰਿਹਾ ਇੱਥੇ, ਹੁਣ ਸਾਨੂੰ ਇਹਨੇ ਬਦਲਣਾ ਪੈਣਾ, ਨਵਾਂ ਇਹ ਪਾਉਣੇ ਆ, ਫਿਰ ਚੱਲੂ ਕੰਮ। ਹਾਂਜੀ, ਕਿੱਦਾਂ? ਠੀਕ ਠਾਕ ਹੋ? ਬਈ ਤੁਸੀਂ ਸਾਰੇ ਪੈ ਗਏ ਆਪਣੀਆਂ ਰਜਾਈਆਂ ਵਿੱਚ, ਹੈਂ? ਪਰ ਅਸੀਂ ਪੈ ਜਾਈਦਾ ਅਸੀਂ ਵੀ ਰਜਾਈਆਂ ਦੇ ਵਿੱਚ, ਪਰ ਅਸੀਂ ਪਹਿਲਾਂ ਦੇਖਣਾ ਚਾਹੀਦਾ ਵੀ ਆਪਣੀਆਂ ਝੋਟੀਆਂ, ਆਪਣੇ ਪਸ਼ੂ ਬੈਠੇ ਆ ਕਿ ਨਹੀਂ, ਇਹਨਾਂ ਨੂੰ ਕੋਈ ਤਕਲੀਫ ਤਾਂ ਨਹੀਂ। ਥੱਲੇ ਇਹਨਾਂ ਦੇ ਫਿਰ ਕਿਤੇ ਜਿੰਨਾ ਚਿਰ ਆਪਾਂ ਜਾਗਦੇ ਹੁੰਦੇ, ਮਾੜਾ ਬੂਟਾ ਥੱਲੇ ਸਾਫ਼ ਕਰ ਜਾਈਦਾ ਜੀ, ਕੋਈ ਬੈਠੇ ਰਹਿਣ ਸੁੱਕੇ ਥਾਂ, ਹੈ ਨਾ? ਅਤੇ ਆਪਣਾ ਇੱਥੇ ਚੋਬਰ ਵੀ ਬੈਠਾ ਹੋਇਆ, ਹਾਏ ਠੀਕ ਹੈ ਨਾ, ਨਿੱਘੇ ਥਾਂ ਬੈਠਾ ਵੀ ਅੰਦਰ ਆ ਕੇ। ਫਿਰ ਮੈਂ ਹੁਣ ਸੋਚਿਆ ਕਿ ਹੋਰ ਕੱਪੜਾ ਪਿਆ ਸੀਗਾ, ਉਹ ਬੜਾ ਸੀਗਾ ਕਾਫ਼ੀ, ਉਹਨੂੰ ਮੈਂ ਕੱਟ ਕੇ ਮੈਂ ਕਿਹਾ ਦਮਾਲਾ ਬੰਨਣ ਲਈ ਵਰਤ ਲੈਂਦਾ, ਮੈਂ ਕਿਹਾ ਪੱਗ ਤਾਂ ਮੈਨੂੰ ਬੰਨਣੀ ਆਉਂਦੀ ਨਹੀਂ ਹੈਗੀ, ਦਮਾਲਾ ਮੈਂ ਬੰਨ ਲੈਣਾ, ਅਤੇ ਮੈਂ ਕਿਹਾ ਚਲ ਉਹਦੇ ਲਈ ਵਰਤਣ ਦੇ ਆਜੂਗਾ ਕੰਮ। ਕੋਸ਼ਿਸ਼ ਕੀਤੀ ਅੱਜ, ਨਵਾਂ ਕੱਪੜਾ ਹਲੇ ਪੂਰਾ ਸੈੱਟ ਜਿਹਾ ਤਾਂ ਨਹੀਂ ਬੈਠਿਆ, ਪਰ ਫਿਰ ਵੀ ਠੀਕ ਵੱਜਿਆ। ਗੁਰੂ ਮਹਾਰਾਜ ਲਾਵੇ ਇਸ ਪਾਸੇ ਸਾਨੂੰ ਵੀ ਮੋੜਾ ਪਾਵੇ, ਹੈ ਨਾ? ਗੁਰੂ ਮਹਾਰਾਜ ਆਪਣੇ ਚਰਨਾਂ ਨਾਲ ਲਾਵੇ। ਦਵਾਂਗਾ ਬੰਨਿਆ, ਸੋਹਣਾ ਲੱਗਦਾ ਦਵਾਂਗਾ। ਹੁਣ ਮੈਂ ਬੰਨਿਆ ਕਰਨੇ ਸ਼ੁਰੂ ਕਰਦੇ ਹਾਂ, ਗੁਰੂ ਮਹਾਰਾਜ ਆਪਣੇ ਚਰਨਾਂ ਨਾਲ ਜੁੜੇ, ਹੈ ਨਾ? ਅਤੇ ਮੈਂ ਆਹ ਰੰਗ ਵੀ ਜੱਚਦਾ ਇਹਨਾਂ, ਹੈ ਨਾ? ਸੋਹਣਾ ਲੱਗਦਾ, ਚਲੀ ਜਾਓ।